ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਰਨੀਅਟ ਲਾਅ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ ਜਿੱਥੇ ਅਸੀਂ ਇੱਥੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਇਹਦੇ ਨਾਲ-ਨਾਲ ਅਸੀਂ ਅੱਜਕੱਲ ਮੈਰੀਕਨ ਪੋਲਿਟਿਕਸ ਦੀ ਵੀ ਗੱਲ ਕਰਦੇ ਹਾਂ ਕਿਉਂਕਿ ਇਹ ਯਰ ਬੜਾ ਇੰਪੋਰਟੈਂਟ ਹੈ ਇਸ ਸਾਲ ਨਵੰਬਰ ਦੇ ਵਿੱਚ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਉਹਦੀ ਇਲੈਕਸ਼ਨ ਹੋਣੀ ਆ ਸਾਰੀ ਦੁਨੀਆ ਦੀ ਨਜ਼ਰ ਉੱਤੇ ਟਿੱਗੀ ਆ ਤੇ ਉਹਦੇ ਬਾਰੇ ਵੀ ਆਪਾਂ ਲੇਟੈਸਟ ਜਿਹੜੀ ਅਪਡੇਟ ਆ ਉਹ ਦਿੰਨੇ ਕਿ ਵੀਜ਼ਾ ਬੁਲੇਟਿਨ ਜਿਹੜਾ ਹੈਗਾ ਉਹ ਆ ਗਿਆ ਸਪਟੈਂਬਰ ਦਾ ਤੇ ਜਿਹੜੀਆਂ categories ਨੇ ਜਿਹੜੀ F4 category ਆ ਕਿ US ਸਿਟੀਜ਼ਨ ਦੇ ਭਰਾ ਭੈਣ ਤੇ ਜਿਹੜੇ ਉਹਨਾਂ ਦੇ ਬੱਚਿਆਂ ਦੀ 21 ਤੋਂ ਅੰਡਰ ਉਥੇ ਜਾ ਰਿਹਾ ਜੀ 22 ਜਨਵਰੀ 2006 ਜਿਹੜੀ F3 category ਆ US ਸਿਟੀਜ਼ਨ ਦੇ ਅਨਮੈਰਿਡ ਬੱਚੇ ਤੇ ਉਹਨਾਂ ਦੇ ਜਿਹੜੇ ਅੱਗੇ ਛੋਟੇ ਬੱਚੇ ਆ 1 April 2010 F2B category ਆ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਅਨਮੈਰਿਡ ਬੱਚੇ ਆ ਉਹ ਹੈਗੀਆਂ ਜੀ 1 ਮਈ 2016 ਤੇ F2A ਆ ਜਿਹੜੇ ਕਿ ਗ੍ਰੀਨ ਕਾਰਡ 홀ਡਰ ਦੇ ਹਸਬੰਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ ਉਥੇ ਹੈ ਜੀ 15 ਨਵੰਬਰ 2021 ਤੇ F1 ਕੈਟਾਗਰੀ ਆ ਜਿਹੜੇ ਸਿਟੀਜ਼ਨ ਦੇ ਅਨਮੈਰਿਡ ਬੱਚੇ ਓਵਰ 21 ਉਹ ਚੱਲ ਰਿਹਾ ਜੀ 22 ਅਕਤੂਬਰ 2015 ਤੇ ਇਹਦੇ ਵਿੱਚ ਜਿਹੜਾ ਡਾਟਾ ਤੇ ਐਨਵੀਸੀ ਪੇਪਰ ਮੰਗ ਰਹੀ ਹੈ ਕਿਉਂਕਿ ਜਿਹੜਾ ਨੈਸ਼ਨਲ ਵੀਜ਼ਾ ਸੈਂਟਰ ਆ ਉਹਤੇਰੇ سپورਟਿੰਗ ਡਾਕੂਮੈਂਟ ਹੁੰਦੇ ਆ ਉਹ ਜਦੋਂ ਇੰਟਰਵਿਊ ਆਉਂਦੀ ਉਸ ਤੋਂ ਤਰੀਬਨ 6 ਮਹੀਨੇ ਤੋਂ ਸਾਲ ਪਹਿਲਾਂ ਮੰਗਦੇ ਆ ਤੇ ਉਹਨਾਂ ਵਿੱਚ ਤੁਹਾਡੇ ਜਿਹੜੀਆਂ ਪਾਸਪੋਰਟ ਦੀਆਂ ਰਿਪੋਰਟਾਂ ਪੁਲਿਸ ਕਲੀਅਰੈਂਸ ਰਿਪੋਰਟਾਂ ਐਫੀਡੇਵਿਟਲ ਸਪੋਰਟ ਚਾਹੀਦਾ ਹੁੰਦਾ ਜਿਹੜੇ ਬੰਦੇ ਨੇ ਤੁਹਾਡਾ ਅਪਲਾਈ ਕੀਤਾ ਥੋਂ ਤੁਹਾਡੇ ਰਿਲੇਟਿਵ ਨੇ ਉਹਦੇ ਨਾਲ ਨਾਲ ਫਾਰਮ ਭਰਨੇ ਪੈਂਦੇ ਆ ਔਨਲਾਈਨ ਤੇ ਇਸ ਕਿਸਮ ਦੇ ਜਿਹੜੇ ਪੇਪਰ ਆ ਉਹ ਹੁੰਦੇ ਆ ਤੇ ਇਹਦੇ ਵਿੱਚ ਜਿਹੜੀ F4 ਕੈਟਾਗਰੀ ਆ ਉਹ ਜਿਹੜੇ ਪੇਪਰ ਮੰਗੇ ਜਾ ਰਹੇ ਨੇ ਉਹ ਹੈਗਾ ਜੀ 15 ਜੂਨ 2006 F3 ਕੈਟਾਗਰੀ ਜਿਹੜੀ ਆ ਉਹ ਜਿਹੜਾ ਯੂਐਸ ਸਿਟੀਜ਼ਨ ਦੇ ਅਨਮੈਰਿਡ ਬੱਚਿਆਂ ਵਾਲੀ ਉੱਥੇ ਆ ਜੀ 1 ਜਨਵਰੀ 2011 F2B ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਆ ਇਹ ਹੈਗੀ ਆ ਜੀ 1 ਜਨਵਰੀ 2017 F2A ਆ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੰਡ ਵਾਈਫ ਤੇ ਛੋਟੇ ਬੱਚੇ ਅੰਡਰ 21 15 ਜੂਨ 2024 F1 ਆ ਜਿਹੜੇ ਸਿਟੀਜ਼ਨ ਦੇ ਉਹ ਓਵਰ 21 ਅਨਮੈਰਿਡ ਬੱਚੇ ਆ ਜੀ 1 ਸਤੰਬਰ 2017 ਕੋਈ ਖਾਸ ਮੂਵਮੈਂਟ ਨਹੀਂ ਲੇਕਿਨ ਜਿਹੜੀ ਸੇਮ ਹੀ ਆ ਜਿਹੜਾ ਪਿਛਲੇ ਮਹੀਨੇ ਸੀਗਾ ਲੇਕਿਨ ਅਸੀਂ ਜਦੋਂ ਵੀ ਕਿਸੇ ਲੀਡਰ ਨੂੰ ਮਿਲਦੇ ਆ ਖਾਸ ਕਰਕੇ ਮੇਰੀ ਮੁਲਾਕਾਤ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੈਨੇਟਰਾਂ ਨਾਲ ਹੋਈ ਮੈਂ ਸ਼ਿਕਾਗੋ ਜਿਹੜੀ ਸੀ ਡੈਮੋਕ੍ਰੈਟਿਕ ਕਨਵੈਨਸ਼ਨ ਤੇ ਗਿਆ ਤੇ ਉੱਥੇ ਮੇਰੀ ਜਿਹੜੀ ਮਾਨਯੋਗ ਕਮਰਾ ਹੈਰਿਸ ਟੀਮ ਉਹਨਾਂ ਨਾਲ ਵੀ ਹੋਈ ਉਹਨਾਂ ਨਾਲ ਹਮੇਸ਼ਾ ਮੈਂ ਇਹਨਾਂ ਕੈਟੇਗਰੀਆਂ ਦੀ ਗੱਲ ਕਰਦਾ ਤੇ ਹਮੇਸ਼ਾ ਕਹਿੰਦਾ ਕਿ ਇਹਨਾਂ ਨੂੰ ਤੇਜ਼ ਹੋਣਾ ਚਾਹੀਦਾ ਤਾਂ ਕਿ ਜਿਹੜੇ ਲੋਕ ਇੰਨੀ ਇੰਨੀ ਦੇਰ ਤੋਂ ਉੱਥੇ ਬੈਠੇ ਆ ਉਹਨਾਂ ਨੂੰ ਇਹਦਾ ਫਾਇਦਾ ਹੋ ਸਕੇ ਅਗਲੀ ਜਿਹੜੀ ਖਬਰ ਹੈ ਜੀ ਉਹ ਹੈਗੀ ਆ ਯੂਐਸ ਸੁਪਰੀਮ ਕੋ ਕਿ ਸੁਪਰੀਮ ਕੋਰਟ ਰਿਫਿਊਜ਼ਸ ਟੂ ਰਿਵਾਈਵ ਬਾਈਡਨਸ ਲੇਟਸਟ ਸਟੂਡੈਂਟ ਲੋਨ ਡੈਟ ਰੀਲੀਫ ਪਲਾਨ ਲੋਨ ਡੈਟ ਜਿਹੜੀ ਰੀਲੀਫ ਪਲਾਨ ਹੈ ਇਹ ਪੜਾਈ ਸੀ ਸਰਕਾਰ ਨੇ ਤੇ ਯੂਐਸ ਸੁਪਰੀਮ ਕੋਰਟ ਨੇ ਇਹਨੂੰ ਹੁਣ ਬਲੌਕ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਲੈਕਟ ਅਥਾਰਟੀ ਟੂ ਇੰਪਲੀਮੈਂਟ ਪ੍ਰੈਜ਼ੀਡੈਂਟ ਬਾਈਡਨਸ ਅਰਲੀਅਰ ਲੋਨ ਫੋਰਗਿਵਨਸ ਪ੍ਰੋਗਰਾਮ ਇਹਨੂੰ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਜਿਹੜੇ ਇਦਾਂ ਦੇ ਮੈਜਰ ਹੁੰਦੇ ਨੇ ਲੋਕ ਭਲਾਈ ਦੇ ਉਹਨਾਂ ਨੂੰ ਚੈਲੰਜ ਕਰਨਾ ਤੇ ਇਹ ਚੈਲੰਜ ਕੀਤਾ ਸੀ ਜੀ ਮਲਟੀਪਲ ਕਨਜ਼ਰਵੇਟਿਵ ਲੀਨਿੰਗ ਰਿਪਬਲਿਕਨ ਸਟੇਟਸ ਲੈਡ ਬਾਈ ਮਜ਼ੂਰੀ ਜਿਹੜੀਆਂ ਸਟੇਟਾਂ ਨੇ ਮਜ਼ੂਰੀ ਮਿਸਿਸਿਪੀ ਟੈਕਸਾਸ ਫਲੋਦਾ ਇਹ ਕੁਝ ਵੀ ਜਿਹੜਾ ਲੋਕਾਂ ਦੇ ਭਲੇ ਵਾਸਤੇ ਇਸ ਕਿਸਮ ਦੇ ਜਿਹੜੇ ਮੈਜਰ ਸਰਕਾਰ ਚੱਕਦੀ ਆ ਉਹਨੂੰ ਇਹ ਚੈਲੰਜ ਕਰਦੇ ਆ ਇਹਨਾਂ ਨੇ ਚੈਲੰਜ ਕੀਤਾ ਤੇ ਉਹ ਕੋਰਟ ਜਿਹੜੀ ਆ ਉਹਨੇ ਜਿਹੜਾ ਸਟੇ ਕਰਤਾ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਗਿਆ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਅਸੀਂ ਇਹਦੇ ਵਿੱਚ ਕੋਈ ਇੰਟਰਫੀਅਰ ਨਹੀਂ ਕਰ ਸਕਦੇ ਤੇ ਜਿਹੜੀ ਲਿਫਟਿੰਗ ਜਿਹੜੀ ਇੰਜੰਕਸ਼ਨ ਹੈਗੀ ਉਹ ਅਸੀਂ ਲਿਫਟ ਨਹੀਂ ਕਰ ਸਕਦੇ ਤੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀ ਲੋਅਰ ਕੋਰਟ ਆ ਉਹ ਹੀ ਡਿਸਾਈਡ ਕਰੂਗੀ ਤੇ ਇਹ ਜਿਹੜਾ ਹੁਣ ਕੇਸ ਆ ਏਡ ਸਰਕਟ ਕੋਰਟ ਦੇ ਵਿੱਚ ਆ ਤੇ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀਗਾ ਕਿ ਇਹਨੂੰ ਜਿਹੜੀ ਸਟੇ ਦਿੱਤੀ ਹੋਈ ਹੈ ਤੇ ਉਹ ਲਿਫਟ ਕਰੋ ਤਾਂ ਕਿ ਅਸੀਂ ਜਿਹੜਾ ਇਹ ਸਟੂਡੈਂਟ ਡਾਟਾ ਨੂੰ ਵੇਵ ਕਰ ਸਕੀਏ 475 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਇਹ ਇਹ ਇਹਦੇ ਤੇ ਖਰਚਾ ਹੋਣਾ ਸੀ ਪਰ ਉਹਦੇ ਚ ਜਿਹੜਾ ਕਾਫੀ ਜਿਆਦਾ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਹਦਾ ਰਾਹਤ ਮਿਲਨੀ ਸੀ ਅਪ੍ਰੈਲ ਦੇ ਵਿੱਚ ਇਹਨਾਂ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਲੈਡ ਬਾਈ ਮਜ਼ੂਰੀ ਸਟੇਟ ਇਹਨਾਂ ਨੇ ਸੂਕ ਕੀਤਾ ਸੀਗਾ ਫੈਡਰਲ ਜੱਜ ਮਜ਼ੂਰੀ ਦੇ ਵਿੱਚ ਤੇ ਉਹਨੇ ਇਹਨੂੰ ਹੋਲਡ ਤੇ ਪਾਤਾ ਸੀਗਾ ਤੇ ਉਦੋਂ ਬਾਅਦ ਇਹ ਕੇਸ ਗਿਆ ਜੀ ਏਟ ਸਰਕਟ ਕੋਰਟ ਆਫ ਅਪੀਲ ਦੇ ਵਿੱਚ ਉਹਨੇ ਵੀ ਇਹਨੂੰ ਹੋਲਡ ਤੇ ਪਾਇਆ ਉਹਨੇ ਵੀ ਕਿਹਾ ਵੀ ਇਹ ਨਹੀਂ ਹੋ ਸਕਦਾ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਜਿਹੜੀ ਸਟੇ ਇਸ਼ੂ ਕੀਤੀ ਹੋਈ ਹੈ ਦੇ ਉੱਤੇ ਏਟ ਸਰਕਟ ਕੋਰਟ ਆਫ ਅਪੀਲ ਤੋਂ ਉਹਨੂੰ ਰਿਮੂਵ ਕਰਨ ਤੋਂ ਨਾ ਕਰਤੀ ਤੇ ਕਿਹਾ ਉਹੀ ਫੈਸਲਾ ਕਰੇਗੀ ਤੇ ਇਹਦੇ 'ਚ ਜਿਹੜਾ ਹੁਣ ਇੰਨੇ ਲੋਕਾਂ ਦਾ ਭਲਾ ਹੋਣਾ ਸੀਗਾ ਸਟੂਡੈਂਟਸ ਦਾ ਤੁਹਾਨੂੰ ਪਤਾ ਇੱਥੇ ਸਟੂਡੈਂਟ ਜਿਹੜੇ ਨੇ ਵਿਚਾਰੇ ਉਹ ਸਟੂਡੈਂਟ ਲੋਨ ਲੈ ਕੇ ਪੜਦੇ ਆ ਤੇ ਜੇ ਗਵਰਨਮੈਂਟ ਉਹਨਾਂ ਦਾ ਜਿਹੜਾ ਲੋਨ ਆ ਉਹਨੂੰ ਮਾਫ ਕਰਦੀ ਹੈ ਜਾਂ ਬੜੀਆਂ ਉਹ ਥੋੜੀਆਂ ਕਿਸ਼ਤਾਂ ਬਣਾਉਂਦੀ ਆ ਤਾਂ ਇਹਦੇ ਵਿੱਚ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ ਆ ਕਿਉਂਕਿ ਇਹੀ ਜਿਹੜੇ ਸਟੂਡੈਂਟ ਨੇ ਇਹਨਾਂ ਨੇ ਗਾਂਹ ਜਾ ਕੇ ਡਾਕਟਰ ਬਣਨਾ ਵਕੀਲ ਬਣਨਾ ਇੰਜਨੀਅਰ ਬਣਨਾ ਤੇ ਇਹਨਾਂ ਨੇ ਹੀ ਜਿਹੜਾ ਅਮਰੀਕਾ ਦੀ ਇਕਨੋਮੀ ਜਿਹੜੀ ਐ ਗਰੋ ਕਰਨੀ ਆ ਤੇ ਇਹ ਬੜੀ ਅਨਫੋਰਚੂਨੇਟ ਆ ਕਿ ਜਿਹੜੀਆਂ ਇਹੋ ਜਿਹੇ ਸਟੇਟਾਂ ਨੇ ਉਹ ਹਮੇਸ਼ਾ ਜਿਹੜੇ ਕੋਈ ਏਦਾਂ ਦਾ ਮੈਜਰ ਹੁੰਦਾ ਉਹਨੂੰ ਸੂ ਕਰਦੀਆਂ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜੀਆਂ ਕੋਟਾ ਹੈਗੀਆਂ ਉਥੇ ਜਾਣਾ ਪੈਂਦਾ ਪਰ ਸੁਪਰੀਮ ਕੋਰਟ ਨੇ ਜ ਇੰਟਰਫੇਅਰ ਕਰਨ ਤੋਂ ਨਾ ਕਰਤੀ ਉਹਨਾਂ ਨੇ ਕਿਹਾ ਲੋਅਰ ਕੋਰਟ ਜੋ ਵੀ ਫੈਸਲਾ ਕਰੇਗੀ ਉਹ ਦੇਖਾਂਗੇ ਇਸ ਤੋਂ ਬਾਅਦ ਅਗਲੀ ਜਿਹੜੀ ਹੋਰ ਖਬਰ ਆ ਉਹ ਇਹ ਹੈਗੀ ਆ ਕਿ ਅ ਰਿਪਬਲਿਕਨ ਲੈਡ ਸਟੇਟਸ ਸੂਡ ਟੂ ਬਲੌਕ ਡਾਕਰ ਰੈਸੀਪੀਐਂਟਸ ਫਰੋਮ ਐਕਸੈਸਿੰਗ ਅਫੋਰਡੇਬਲ ਹੈਲਥ ਇੰਸ਼ੋਰੈਂਸ ਅ ਗਰੁੱਪ ਆਫ ਰਿਪਬਲਿਕਨ ਲੈਡ ਸਟੇਟਸ ਹੈਡਡ ਬਾਈ ਕੈਂਸਸਸ ਹੈਵ ਸੂਡ ਟੂ ਬਲੌਕ ਅ ਨਿਊ ਰੂਲ ਦੈਟ ਅਲਾਉਜ਼ ਡਾਕਰ ਰੈਸੀਪੀਐਂਟਸ ਟੂ ਐਕਸੈਸ ਹੈਲਥ ਇੰਸ਼ੋਰੈਂਸ ਥਰੂ ਦ ਅਫੋਰਡੇਬਲ ਕੇਅਰ ਐਕਟ ਜਿਹੜਾ ਓਬਾਮਾ ਕੇਅਰ ਜਿਹਨੂੰ ਕਹਿੰਦੇ ਆ ਜਿਹੜਾ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਹੈਲਥਕੇਅਰ ਇੱਥੇ ਇੱਕ ਅਮਰੀਕਾ ਦੇ ਵਿੱਚ ਸਿਸਟਮ ਬਣਾਇਆ ਸੀ ਉਹਨੂੰ ਫੋਰੇਬਲ ਕੇਅਰ ਐਕਟ ਵੀ ਕਿਹਾ ਜਾਂਦਾ ਜਿਹੜੇ ਹੁਣ ਡਾਕਾ ਦੇ ਰੈਸੀਪੀਐਂਟ ਨੇ ਜਿਨ੍ਹਾਂ ਨੂੰ ਕਿ ਜਿਹੜੇ ਬੱਚੇ ਇੱਥੇ ਅਮਰੀਕਾ ਦੇ ਵਿੱਚ ਆਏ ਸੀ ਮਾਪੇ ਦੇ ਨਾਲ ਅਨ ਡਾਕੂਮੈਂਟਡ ਤੇ ਉਹਨਾਂ ਨੇ ਇੱਥੇ ਐਜੂਕੇਸ਼ਨ ਹਾਸਲ ਕੀਤੀ ਹੈ ਹੁਣ ਜੌਬਾਂ ਵੀ ਬਹੁਤ ਕਰਦੇ ਨੇ ਉਹਦੇ ਅੰਦਰ ਉਹਨਾਂ ਨੂੰ ਵਰਕ ਪਰਮਿਟ ਵਗੈਰਾ ਪਰਮਿਸ਼ਨਾਂ ਮਿਲਦੀਆਂ ਤੇ ਇਹ ਪ੍ਰੋਗਰਾਮ ਪ੍ਰੈਜ਼ੀਡੈਂਟ ਜਿਹੜੇ ਓਬਾਮਾ ਉਹਨਾਂ ਨੇ ਕੀਤਾ ਸੀ ਇਹਦੇ ਵਿੱਚ ਜਿਹੜੀ ਹੈਲਥ ਇੰਸ਼ੋਰੈਂਸ ਦਾ ਵੀ ਸੀਬੀਓ ਤੋਂ ਹੈਲਥ ਇੰਸ਼ੋਰੈਂਸ ਲੈ ਸਕਦੇ ਆ ਲੇਕਿਨ ਉਹਨੂੰ ਉਹ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਲੈਡ ਬਾਈ ਕੈਂਸਸ ਉਹਨਾਂ ਨੇ ਉਹਨੂੰ ਸੂਕ ਕੀਤਾ ਕੋਰਟ ਦੇ ਵਿੱਚ ਤੇ ਕਿਉਂਕਿ ਜਿਹੜਾ ਏਸੀਏ ਹੈਗਾ ਅਫੋਰਡੇਬਲ ਕੇਅਰ ਐਕਟ ਅਲਾوز 올 ਪੀਪਲ ਹੂ ਆਰ ਲੌਫਲੀ ਪ੍ਰੈਜ਼ੈਂਟ ਟੂ ਐਕਸੈਸ ਹੈਲਥ ਕਵਰੇਜ ਐਂਡ ਸਬਸਿਡੀਆਂ ਥਰੂ ਹੈਲਥ케ਅਰ ਗਵਰਨਮੈਂਟ ਐਂਡ ਸਟੇਟ ਬੇਸ ਮਾਰਕੀਟਪਲੇਸਸ ਤੇ ਇਹਦੇ ਚ ਜ਼ਿਆਦਾ ਰਿਕੁਆਇਰਮੈਂਟ ਇਹ ਹੁੰਦੀ ਹੈ ਵੀ ਗ੍ਰੀਨ ਕਾਰਡ ਹੋਲਡਰ ਹੋਵੇ ਸਿਟੀਜ਼ਨ ਹੋਵੇ ਇਦਾਂ ਦਾ ਪਰ ਡਾਕਾ ਵਾਲੇ ਮਤਲਬ ਗਵਰਨਮੈਂਟ ਚਾਹੁੰਦੀ ਹੈ ਵੀ ਉਹ ਵੀ ਕਵਰ ਹੋਣ ਪਰ ਇਹ ਸਟੇਟਾਂ ਜਿਹੜੀਆਂ ਇਹਨਾਂ ਨੇ ਇਹਦੇ ਚ ਕੋਰਟ ਚ ਕੇਸ ਕੀਤਾ ਵੀ ਡਾਕਾ ਵਾਲਿਆਂ ਨੂੰ ਹੈਲਥ ਇੰਸ਼ੋਰੈਂਸ ਨਹੀਂ ਮਿਲਣੀ ਚਾਹੀਦੀ ਤੇ ਇਹ ਵੀ ਤੁਸੀਂ ਦੇਖੋ ਵੀ ਜੇ ਜਿਹੜੇ ਬੱਚੇ ਇੱਥੇ ਆਏਗੇ ਉਹਨਾਂ ਕੋਲ ਵਰਕ ਪਰਮਿਟ ਹੈਗਾ ਹਮੇਸ਼ਾ ਹੀ ਇਹਨਾਂ ਨੇ ਸਾਲਾਂ ਤੋਂ ਰਹਿ ਰਹੇ ਆ ਨਿੱਕੀ ਏਜ ਦੇ ਇੱਥੇ ਆਏ ਆ ਤੇ ਉਹਨਾਂ ਨੂੰ ਜੇ ਹੈਲਥ ਇੰਸ਼ੋਰੈਂਸ ਮਿਲਦੀ ਆ ਤਾਂ ਇਹਨਾਂ ਨੂੰ ਕੀ ਤਕਲੀਫ ਆ ਤੇ ਇਹ ਦੇਖੋ ਇਹਨਾਂ ਨੇ ਹੁਣ ਸੂਕ ਕੀਤਾ ਹੁਣ ਕੋਰਟ ਇਹ ਤੇ ਕਲੀ ਡਿਸਾਈਡ ਕਰਦੀ ਆ ਦੇਖਣ ਵਾਲੀ ਗੱਲ ਆ ਅੱਗੇ ਵੀ ਜਦੋਂ ਪ੍ਰੈਜ਼ੀਡੈਂਟ ਬਾਈਡਨ ਸੀਗਾ ਪ੍ਰੈਜ਼ੀਡੈਂਟ ਉਹਨੇ ਜਿਹੜਾ ਡਾਕਾ ਇਹਨੂੰ ਹੀ ਸੂ ਕੀਤਾ ਸੀ ਵੀ ਇਹ ਨਹੀਂ ਹੋਣਾ ਚਾਹੀਦਾ ਆ ਤੋਂ ਬਾਅਦ ਸੁਪਰੀਮ ਕੋਰਟ ਨੇ ਲਾਓ ਕੀਤਾ ਹੈ ਤੇ ਹੁਣ ਹੈਲਥ ਇੰਸ਼ੋਰੈਂਸ ਉਹਨਾਂ ਨੂੰ ਨਾਮ ਮਿਲ ਸਕੇ ਇਹਨੂੰ ਸੂ ਕਰਨਾ ਇਹ ਵੀ ਬੜੀ ਜੜੀ ਅਨਫੋਰਚੂਨੇਟ ਗੱਲ ਆ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਜਿਵੇਂ ਮੈਂ ਲਾਸਟ ਟਾਈਮ ਤੁਹਾਨੂੰ ਦੱਸਿਆ ਸੀ ਕਿ ਫੈਡਰਲ ਜੱਜ ਨੇ ਜਿਹੜਾ ਬਾਈਡਨ ਦਾ ਪ੍ਰੋਲ ਪ੍ਰੋਗਰਾਮ ਸੀਗਾ ਉਹਨੂੰ ਸਟੇ ਕੀਤਾ ਹੋਇਆ ਤੇ ਉਹਦੇ ਬਾਰੇ ਜਿਹੜੀ ਅਪੀਲ ਫਾਈਲ ਕੀਤੀ ਆ ਤੇ ਉਹਦੇ ਚ ਹੁਣ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਕੋਈ ਅਪਡੇਟ ਹਫਤੇ 10 ਦਿਨ ਤੱਕ ਆਵੇ ਤੇ ਇਹ ਜਿਹੜਾ ਪ੍ਰੋਗਰਾਮ ਸੀ ਇਹ ਇਹਦਾ ਨਾਮ ਸੀ ਕੀਪਿੰਗ ਫੈਮਿਲੀਸ ਟੁਗੇਦਰ ਇਹ ਜਿਹੜਾ ਪ੍ਰੈਜ਼ੀਡੈਂਟ ਬਾਇਡਨ ਨੇ ਐਗਜ਼ੈਕਟਿਵ ਆਰਡਰ ਕੀਤਾ ਸੀ ਉਹਦੀ ਬੇਸ ਤੇ ਸੀਗਾ ਤੇ ਇਹਦੇ ਚ ਜਿਹੜੇ ਫਾਰਮ ਵਗੈਰਾ ਹੈਗੇ ਆ ਜਿਹਨੂੰ ਕਿ ਪ੍ਰੋਲ ਇਨ ਪਲੇਸ ਕਹਿੰਦੇ ਆ ਉਹ ਲੈਣੇ ਸ਼ੁਰੂ ਕਰਤੇ ਸੀਗੇ 18 ਅਗਸਤ ਤੋਂ ਇਮੀਗ੍ਰੇਸ਼ਨ ਨੇ ਤੇ ਆਈ 131 ਜੇ ਫਾਰਮ ਆ ਜਿਹੜਾ ਕਿ ਆਨਲਾਈਨ ਭਰਿਆ ਜਾਣਾ ਸੀ ਲੇਕਿਨ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਲੈਡ ਬਾਈ ਟੈਕਸਸ ਇਹਨਾਂ ਨੇ ਕੋਰਟ ਦੇ ਵਿੱਚ ਇਹ ਕੇਸ ਕੀਤਾ ਕਿ ਇਹ ਪਾਲਿਸੀ ਨਹੀਂ ਇੰਪਲੀਮੈਂਟ ਹੋਣੀ ਚਾਹੀਦੀ ਇਹ ਬੰਦੇ ਜਿਹੜੇ ਨੇ ਇੱਥੇ ਨਹੀਂ ਇਹਨਾਂ ਨੂੰ ਕੋ ਪੇਪਰ ਮਿਲਨੇ ਚਾਹੀਦੇ ਤੇ ਉਹ ਜਿਹੜੀ ਕੋਰਟ ਆ ਉਹਨੇ ਸਟੇ ਕਰ ਦਿੱਤਾ ਤੇ ਜਿਹੜਾ ਇਹ ਟੈਂਪਰਰੀ ਹੋਲਡ ਔਨ ਦਾ ਇੰਪਲੀਮੈਂਟੇਸ਼ਨ ਆਫ ਬਾਈਡਨਸ ਕੀਪਿੰਗ ਫੈਮਿਲੀਜ਼ ਟੁਗੇਦਰ ਲਾਸਟ ਫਾਰ 14 ਡੇਸ ਬਟ ਮੇਬੀ ਐਕਸਟੈਂਡਡ ਜਿਹੜੀ ਇਹ ਸਟੇ ਮਿਲੀ ਆ ਇਹ 14 ਦਿਨ ਦੀ ਸਟੇ ਆ ਪਰ ਐਕਸਟੈਂਡ ਕੀਤੀ ਜਾ ਸਕਦੀ ਜੋ ਕਿ ਐਕਸਟੈਂਡ ਹੋਏਗੀ ਜੇ ਨਾ ਨਿਫਟ ਕੀਤੀ ਗਈ ਅ ਜਿਹੜੀ ਯੂਐਸਸੀਆਈਆ ਸਟਿਲ ਐਪਲੀਕੇਸ਼ਨਾਂ ਲੈ ਸਕਦੀ ਆ ਪਰ ਉਹਨਾਂ ਨੂੰ ਅਪਰੂਵ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਇਹ ਸਟੇ ਆ 16 ਰਿਪਬਲਿਕਨ ਲੈਟ ਸਟੇਟਸ ਨੇ ਇਹ ਸੂਕ ਕੀਤਾ ਸੀ ਤੇ ਜਿਹੜਾ ਜੱਜ ਆ ਉਹ ਕਹਿੰਦਾ ਵੀ ਮੈਂ ਇਹਨੂੰ ਦੇਖਣ ਲਈ ਮੈਨੂੰ ਹੋਰ ਟਾਈਮ ਚਾਹੀਦਾ ਲੇਕਿਨ ਜਿਹੜੇ ਇੰਡੀਵਿਜੂਅਲ ਨੇ ਉਹ ਸਟਿਲ ਅਪਲਾਈ ਕਰ ਸਕਦੇ ਨੇ ਉਹ ਜਿਹੜੀ ਕਲੈਰੀਫਿਕੇਸ਼ਨ ਆਈ ਆ ਕਿ ਉਹ ਫਾਰਮ ਜਿਹੜੇ ਆ ਉਹ ਅਜੇ ਵੀ ਇਮੀਗ੍ਰੇਸ਼ਨ ਕੋਲ ਭੇਜ ਸਕਦੇ ਆ ਅਪਲਾਈ ਹੋ ਸਕਦਾ ਪਰ ਅਜੇ ਤੱਕ ਕੋਈ ਡਿਸੀਜਨ ਨਹੀਂ ਲਿਆ ਜਾਏਗਾ ਉਨੀ ਦੇਰ ਉਹ ਪੈਂਡਿੰਗ ਰਹੇਗਾ ਪਰ ਐਪਲੀਕੇਸ਼ਨਾਂ ਜਿਹੜੀਆਂ ਨੇ ਓਹੋ ਅਕਸੈਪਟ ਜਿਹੜੇ ਕਰ ਰਹੇ ਨੇ ਤੇ ਜਿਹੜੇ ਜੱਜ ਸਾਹਿਬ ਨੇ ਸਟੇ ਦਿੱਤੀ ਉਹਦਾ ਨਾਮ ਹੈਗਾ ਜੱਜ ਜੇ ਕੇ ਐਮਬਲ ਬਾਰਕਰ ਯੂ ਐਸ ਡਿਸਟ੍ਰਿਕਟ ਕੋਰਟ ਫਾਰ ਈਸਟਰਨ ਡਿਸਟ੍ਰਿਕਟ ਆਫ ਟੈਕਸਸ ਤੇ ਇਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜਾ ਹੈਗਾ ਇਹਨੂੰ ਹੋਰ ਡਿਟੇਲ ਤੇ ਦੇਖਾਂਗੇ ਵੀ ਇਹਦੇ ਚ ਕੀ ਵੈਲੇਸ਼ਨ ਹੈ ਤੇ ਇਹ ਜਿਹੜੀਆਂ ਸਟੇਟਾਂ ਨੇ ਸੂਕ ਕੀਤਾ ਸੀਗਾ ਇਹ ਹੈਗੀਆਂ ਜੀ ਟੈਕਸਸ ਉਹਦੇ ਨਾਲ ਫਲੋਰਿਡਾ ਆਇਡਾਹੋ ਅਲੇਬਾਮਾ ਆਰਕੰਸੋ ਜਾਰਜੀਆ ਆਇਓਵਾ ਕੈਂਸਸ ਲੂਸੀਆਨਾ ਮਜ਼ੂਰੀ ਨਾਰਥ ਡਾਕੋਟਾ ohਾਇਓ ਸਾਊਥ ਕਰੌਲਾਈਨਾ ਸਾਊਥ ਡਾਕੋਟਾ ਟੈਨਸੀ ਐਂਡ ਵਾਇਓਮਿੰਗ ਇਹ ਸਾਰੀਆਂ ਦੇ ਸਾਰੀਆਂ ਰਿਪਬਲਿਕਨ ਸਟੇਟਸ ਨੇ ਜਿਹੜੀਆਂ ਕਿ ਇਹਨੂੰ ਸੂ ਕਰਨੀਆਂ ਨੇ ਕੋਈ ਵੀ ਸਰਕਾਰ ਜਿਹੜਾ ਕੰਮ ਕੋਈ ਇਦਾਂ ਦਾ ਕਰਦੀ ਹੈ ਲੋਕ ਭਲਾਈ ਦਾ ਇਹਨਾਂ ਦਾ ਪਹਿਲਾ ਕੰਮ ਹੁੰਦਾ ਉਹਨੂੰ ਸੂ ਕਰਨਾ ਜਿਹਦਾ ਕੋਈ ਮਤਲਬ ਨਹੀਂ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਇਹਦੇ ਇੱਥੇ 10 ਸਾਲ ਤੋਂ ਉੱਤੇ ਰਹਿ ਰਹੇ ਆ ਉਹ ਸਿਟੀਜ਼ਨ ਦਾ ਮੈਰਿਡ ਨੇ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਤੇ ਇੱਥੇ ਪੀਸਫੁਲੀ ਰਹਿ ਰਹੇ ਆ ਤੇ ਉਹੋ ਜਿਹੇ ਬੰਦਿਆਂ ਨੂੰ ਜੇ ਇੱਥੇ ਗ੍ਰੀਨ ਕਾਰਡ ਮਿਲਦਾ ਜਾਂ ਪੱਕੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਬੈਕਗ੍ਰਾਉਂਡ ਦੇ ਵਿੱਚ ਪ੍ਰੋਬਲਮ ਨਹੀਂ ਤੇ ਇਹਨਾਂ ਨੂੰ ਕੀ ਜਿਹੜੀ ਤਕਲੀਫ ਆ ਪਰ ਇਹ ਸਟੇਟਾ ਜਿਹੜੀਆਂ ਨੇ ਦੇਖੋ ਇਹਨਾਂ ਨੇ ਇਹ ਸੂ ਕੀਤਾ ਤੇ ਇਹ ਜਿਹੇ ਸਟੇ ਲਈ ਜਿਹੜਾ ਸਟੂਡੈਂਟ ਡੈਟ ਮਾਫ ਹੋਣਾ ਸੀ ਉਹ ਸੂ ਕੀਤਾ ਉਹ ਤੇ ਸਟੇ ਲਈ ਤੇ ਜਿਹੜਾ ਡਾਕਾ ਵਾਲਿਆਂ ਨੂੰ ਵਰਕ ਪਰਮਿਟ ਜਿਹੜੇ ਮਿਲੇ ਨੇ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਮਿਲਣੀ ਆ ਉਹਨੂੰ ਵੀ ਸੂ ਕੀਤਾ ਵੀ ਇਹ ਵੀ ਗਲਤ ਆ ਤੋ ਜੋ ਵੀ ਸਰਕਾਰ ਕਿਸੇ ਨੂੰ ਰੀਲੀਫ ਦੇਣ ਦੀ ਕੋਸ਼ਿਸ਼ ਕਰਦੀ ਆ ਇਹ ਜਿਹੜੀਆਂ 10 12 ਸਟੇਟਾਂ ਦਾ ਕੰਮ ਹੀ ਇਹ ਆ ਵੀ ਇਹ ਕੋਰਟ ਚ ਕੇਸ ਕਰ ਦਿੰਦੀ ਆ ਉਹ ਕੇਸ ਅੱਗੇ ਚੱਲਦੇ ਨੇ ਉਹ ਡਿਲੇ ਹੋ ਜਾਂਦੀ ਆ ਕੋਟਾਂ ਆਮ ਤੌਰ ਤੇ ਲਿਫਟ ਕਰਦੀਆਂ ਪਰ ਇਹ ਹੋਰ ਜਿਹੜੀ ਚੀਜ਼ ਹੈਗੀ ਆ ਲੰਮਕ ਜਾਂਦੀ ਆ ਪਰ ਹੈਰਾਨੀ ਦੀ ਗੱਲ ਇਹ ਆ ਵੀ ਜੇ ਇਹ ਸਾਰੇ ਰੀਲੀਫ ਜੇ ਕਿਸੇ ਨੂੰ ਫਾਇਦਾ ਹੁੰਦਾ ਤਾਂ ਇਹਨਾਂ ਨੂੰ ਜਿਹੜੀ ਆ ਉਹ ਕੀ ਪ੍ਰੋਬਲਮ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਜੀ ਉਹ ਇਹ ਹੈਗੀ ਆ ਕਿ ਯੂਐਸਸੀਆਈਐਸ ਨੇ ਫੀਲਡ ਆਫਿਸ ਜਿਹੜਾ ਖੋਲਿਆ ਨਵਾਂ ਇੰਟਰਨੈਸ਼ਨਲ ਫੀਲਡ ਆਫਿਸ ਕੁਇਟੋ ਇਕਵਾਡੋਰ ਦੇ ਵਿੱਚ ਤਾਂ ਕਿ ਉੱਥੋਂ ਦੇ ਜਿਹੜੇ ਪ੍ਰੋਗਰਾਮਾਂ ਦੀ ਜਿਹੜੀ ਹੈਗੀ ਆ ਉਹ ਪ੍ਰੋਸੈਸਿੰਗ ਹੋ ਸਕੇ ਯੂ ਐਸ ਜਿਹੜਾ ਰੈਫਿਊਜੀ ਐਡਮਿਸ਼ਨਸ ਪ੍ਰੋਗਰਾਮ ਹੈਗਾ ਇਹ ਐਡਮਿਨਿਸਟਰ ਹੋ ਸਕੇ ਇਕਵਾਡੋਰ ਦੇ ਵਿੱਚ ਇਹ ਆਫਿਸ ਹੁਣ ਖੁੱਲ ਗਿਆ ਤੇ ਇਹ ਇੰਟਰਨੈਸ਼ਨਲ ਫੀਲਡ ਆਫਿਸ ਹੋਏਗਾ ਯੂ ਐਸ ਸੀ ਆਈ ਐਸ ਦਾ ਇਨ ਇਕਵਾਡੋਰ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਬਾਰਡਰ ਤੋਂ ਹੈ ਜੀ ਕਿ ਸਾਨੂੰ ਕਾਫੀ ਸਵਾਲ ਆਉਂਦੇ ਆ ਬਾਰਡਰ ਬਾਰੇ ਬਾਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਇਹ ਹੈਗੀ ਆ ਕਿ ਜਿਹੜੇ ਲੋਕੀ ਅ ਮੈਕਸੀਕੋ ਦੇ ਬਾਰਡਰ ਤੋਂ ਆ ਰਹੇ ਉਹਨਾਂ ਨੂੰ ਅਜੇ ਵੀ ਐਂਟਰੀ ਮਿਲ ਰਹੀ ਆ ਲੇਕਿਨ ਕਈਆਂ ਨੂੰ ਕੈਂਪਾਂ ਚ ਲੈ ਜਾਂਦੇ ਆ ਉੱਥੇ ਬਿਆਨ ਪਾਸ ਹੋਣੇ ਜੁਰੀਆ ਚ ਬਿਆਨ ਫੇਲ ਹੋ ਜਾਣ ਤਾਂ ਫਿਰ ਇਮੀਗ੍ਰੇਸ਼ਨ ਜੱਜ ਕੋਲ ਇੱਕ ਵਾਰੀ ਜਾਣਾ ਪੈਂਦਾ ਜੇ ਉੱਥੇ ਹੀ ਫੇਲ ਹੋ ਜੇ ਫਿਰ ਬਾਹਰ ਆਉਣ ਦੀ ਕੋਈ ਚਾਂਸ ਨਹੀਂ ਹੁੰਦਾ ਅਪੀਲ ਵੀ ਜਿਹੜੀ ਆ ਉਹ ਨਹੀਂ ਹੁੰਦੀ ਇਹਦੇ ਇਸੇ ਤਰ੍ਹਾਂ ਹੀ ਜਿਹੜੇ ਕੈਨੇਡਾ ਤੋਂ ਆਉਂਦੇ ਆ ਲੋਕ ਜਿਹੜੇ ਟਕੋਮਾ ਸੈਂਟਰ ਜਿਹੜਾ ਸੈਟਲ ਵੈਸ਼ਿੰਗਟਨ ਦੇ ਕੋਲ ਆ ਜਿਹੜੇ ਉ ਜਦੋਂ ਬੈਂਕੂਵਰ ਏਰੀਆ ਤੋਂ ਆਉਂਦੇ ਆ ਉੱਥੇ ਬਹੁਤ ਜ਼ਿਆਦਾ ਪ੍ਰੋਬਲਮ ਆ ਉੱਥੇ 2-3-3 ਮਹੀਨੇ ਰਹਿ ਕੇ ਰਿਲੀਜ਼ ਹੁੰਦੇ ਨੇ ਪਰ ਕਈ ਰਿਪੋਰਟ ਵੀ ਹੁੰਦੇ ਆ ਪਰ ਇਹਦੇ ਮੁਕਾਬਲੇ ਜਿਹੜੇ ਮੌਂਟਰੀਅਲ ਤੋਂ ਆ ਰਹੇ ਆ ਨਿਊਯਾਰਕ ਵੱਲੋਂ ਉਹਨਾਂ ਨੂੰ ਐਂਟਰੀ ਮਿਲ ਰਹੀ ਆ ਤੇ ਉਹਨਾਂ ਨੂੰ ਤਰੀਬਨ 24 ਘੰਟੇ ਛੱਡ ਦਿੰਦੇ ਆ ਇੱਥੇ ਆ ਕੇ ਆਪਣਾ ਕੇਸ ਲਾ ਸਕਦੇ ਆ ਪਰ ਇਹਨਾਂ ਨੂੰ ਇੱਕ ਗੱਲ ਜਿਹੜੀ ਆ ਉਹ ਸਾਬਤ ਕਰਨੀ ਪਊਗੀ ਜਿਸ ਨੂੰ ਕਿ ਲੀਗਲ ਪਾਥਵੇਜ਼ ਕਹਿੰਦੇ ਆ ਉਹ ਇਹ ਕਿ ਜਿਹੜੀ ਆਪਣੀ ਕੰਟਰੀ ਚੋਂ ਲੰਘ ਕੇ ਆਏ ਆ ਉੱਥੇ ਸੈਲਮ ਕਿਉਂ ਨਹੀਂ ਕੀਤਾ ਇਹ ਇਮੀਡੀਏਟ ਤਾਂ ਨਹੀਂ ਪਰ ਬਾਅਦ ਦੇ ਵਿੱਚ ਆ ਕੇ ਜਦੋਂ ਫਾਈਨਲ ਡ ਇਹ ਗੱਲ ਜਿਹੜੀ ਆ ਇਹ ਸ਼ੋਅ ਕਰਨੀ ਪਾਉਗੀ ਗਾਰਡੀਨਸ਼ਿਪ ਦੇ ਕੇਸਾਂ ਬਾਰੇ ਅਪਡੇਟ ਆ ਜੀ 15 ਕੇਸ ਆਪਣੇ ਗਾਰਡੀਨਸ਼ਿਪ ਦੇ ਇਸ ਹਫਤੇ ਦੇ ਵਿੱਚ ਪਾਸ ਹੋਏ ਆ ਬਹੁਤ ਬਹੁਤ ਵਧਾਈ ਜਿਨ੍ਹਾਂ ਦੇ ਵੀ ਪਾਸ ਹੋਏ ਆ ਇਹਦੇ ਬਾਰੇ ਬਹੁਤ ਜ਼ਿਆਦਾ ਡਿਮਾਂਡ ਆ ਬਹੁਤ ਜ਼ਿਆਦਾ ਲੋਕ ਪੁੱਛਦੇ ਆ ਤੇ ਇਹਦੇ ਬਾਰੇ ਮੈਂ ਕਲੈਰੀਫਿਕੇਸ਼ਨ ਇੱਕ ਵਾਰੀ ਫੇਰ ਦੇ ਦਿੰਦਾ ਮੈਂ ਹਰ ਵੀਡੀਓ ਦੇਣਾ ਕਿਉਂਕਿ ਲੋਕਾਂ ਦੀ ਡਿਮਾਂਡ ਹੀ ਬੜੀ ਆ ਗਾਰਡੀਨਸ਼ਿਪ ਬੇਸਿਕਲੀ ਇਹ ਹੈਗੀ ਆ ਕਿ ਕੋਈ ਵੀ ਜਿਹੜਾ ਇੱਥੇ 21 ਸਾਲ ਤੋਂ ਘੱਟ ਉਮਰ ਦਾ ਆਇਆ ਹੋਵੇ ਉਹਨੂੰ 6 ਮਹੀਨੇ ਹੋ ਗਏ ਉਹ ਇੱਥੇ ਰਹਿੰਦੇ ਨੂੰ ਉਹ ਗਾਰਡੀਨਸ਼ਿਪ ਦਾ ਕੇਸ ਅਪਲਾਈ ਕਰ ਸਕਦਾ ਤੇ گاڑی ਨੂੰ ਦਾ ਜਿਹੜਾ ਗ੍ਰੀਨ ਕਾਰਡ ਹੋਲਡਰ ਵੀ ਬਣ ਸਕਦਾ ਸਿਟੀਜ਼ਨ ਵੀ ਬਣ ਸਕਦਾ ਵਰਕ ਪਰਮਿਟ ਜਿਹਦੇ ਕੋਲ ਆ ਉਹ ਵੀ ਬਣ ਸਕਦਾ ਜੇ ਉਹ ਟੈਕਸ ਭਰਦਾ ਹੋਵੇ ਉਹਦੀ ਉਮਰ 21 ਸਾਲ ਤੋਂ ਉੱਪਰ ਹੋਵੇ ਤੇ ਉਹਦਾ ਕੋਈ ਕ੍ਰਿਮਨਲ ਰੈਕਡ ਨਾ ਹੋਵੇ ਪਰ ਜਿਹਨੇ ਗਾਰਡੀਅਨਸ਼ਿਪ ਅਪਲਾਈ ਕਰਨੀ ਜਿਹੜਾ ਬੱਚਾ ਉਹਦੀ ਉਮਰ 21 ਸਾਲ ਤੋਂ ਘੱਟ ਚਾਹੀਦੀ ਆ 6 ਮਹੀਨੇ ਰੈਜ਼ੀਡੈਂਸੀ ਹੋਵੇ ਉਸ ਤੋਂ ਬਾਅਦ ਫਿਰ 21 ਸਾਲ ਤੋਂ ਪਹਿਲਾਂ ਹੋਣ ਤੋਂ ਉਹਦਾ ਕੇਸ ਜਿਹੜੀ ਲੋਕਲ ਕੋਰਟ ਆ ਜਿੱਥੇ ਕਿ ਡਿਵੋਰਸ ਦੇ ਕੇਸ ਲੱਗਦੇ ਆ ਫੈਮਿਲੀ ਕੋਰਟ ਉਹੀ ਪ੍ਰਾਈਵੇਟ ਕੋਰਟ ਆ ਕਿਉਂਕਿ ਬੇਸਿਕਲੀ ਇਹ ਪ੍ਰਾਈਵੇਟ ਪ੍ਰोसीडिंग ਆ ਉੱਥੇ ਲੱਗਦਾ ਉਹ ਕੋਰਟ ਜੇ ਨੂੰ ਅਪਰੂਵ ਕਰਦੀ ਆ ਤਾਂ ਉੱਥੇ ਦੋ ਲੱਗਦੀਆਂ ਐਪਲੀਕੇਸ਼ਨਾਂ ਇੱਕ ਗਾਰਡੀਨਸ਼ਿਪ ਦੀ ਪਟੀਸ਼ਨ ਤੇ ਇੱਕ ਸਪੈਸ਼ਲ ਇਮੀਗਰੈਂਟ ਜੋਮਨਾਈਲ ਸਟੈਟਸ ਜੀ ਨੂੰ ਸੱਜ ਕਿਹਾ ਜਾਂਦਾ ਤੇ ਉਹ 21 ਸਾਲ ਤੋਂ ਪਹਿਲਾਂ ਅਪਰੂਵ ਹੋਣਾ ਚਾਹੀਦਾ 21 ਤੋਂ ਫੇਰ ਜਦੋਂ ਕੇਸ ਅਪਰੂਵ ਹੋ ਜਾਂਦਾ ਫਿਰ ਇਮੀਗ੍ਰੇਸ਼ਨ ਦੇ ਵਿੱਚ I360 ਪਟੀਸ਼ਨ ਕੀਤੀ ਜਾਂਦੀ ਉਹ ਵੀ 21 ਤੋਂ ਪਹਿਲਾਂ ਹੋਣੀ ਚਾਹੀਦੀ ਆ ਲੇਕਿਨ ਜਿਹੜਾ ਗ੍ਰੀਨ ਕਾਰਡ ਦਾ ਅਗਲਾ ਪ੍ਰੋਸੈਸ ਆ ਉਹ ਨੂੰ ਭਾਵੇਂ 21 ਤੋਂ ਓਵਰ ਹੋ ਜਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਗ੍ਰੀਨ ਕਾਰਡ ਤੇ ਸਿਗਨੀਫੀਕੈਂਟ ਡਿਲੇ ਆ 2 ਤੋਂ 2.5 ਸਾਲ ਦੀ ਡਿਲੇ ਹੈਗੀ ਆ ਇਸ ਟਾਈਮ ਪਰ ਉਦੋਂ ਤੋ ਕਾਫੀ ਕੇਸ ਜਿਹੜੇ ਹੈਗੇ ਆ ਉਹ ਪਾਸ ਹੋ ਰਹੇ ਆ ਪੋਲੀਟੀਕਲ ਸੈਲਮ ਦੇ ਕੇਸਾਂ ਬਾਰੇ ਅਪਡੇਟ ਆ ਜੀ ਕਿ ਸੈਲਮ ਦੇ ਕੇਸ ਆਪਣੇ 10 ਕੇਸ ਇਸ ਵੀਕ ਚ ਹੋਰ ਪਾਸ ਹੋਏ ਨੇ ਕੈਲੀਫੋਰਨੀਆ ਤੇ ਨਿਊਯਾਰਕ ਦੇ ਵਿੱਚ ਬਹੁਤ ਬਹੁਤ ਵਧਾਈ ਜਿਨ੍ਹਾਂ ਦੇ ਹੋਏ ਆ ਤੇ ਉਹ ਵੀ ਜਿਹੜਾ ਹਮੇਸ਼ਾ ਹੀ ਤਰ੍ਹਾਂ ਸਾਡੇ ਸਟਾਫ ਨੇ ਬੜੀ ਮਿਹਨਤ ਕੀਤੀ ਤੇ ਉਹਨਾਂ ਨੂੰ ਕਾਮਯਾਬੀ ਵੀ ਮਿਲੀ ਤੇ ਇਸ਼ੂ ਜਿਹੜਾ ਹੈਗਾ ਉਹ ਜਿਹੜੇ ਸੈਲਮ ਦੇ ਪੰਜ ਗਰਾਊਂਡ ਉਹ ਚ ਹੋਣਾ ਚਾਹੀਦਾ ਨੈਕਸਸ ਦਾ ਤੇ ਉਹਦੇ ਨਾਲ-ਨਾਲ ਜਿਹੜਾ ਅਗਲਾ ਇਸ਼ੂ ਹੁੰਦਾ ਉਹ ਹੁੰਦਾ ਰੀਲੋਕੇਸ਼ਨ ਦਾ ਕਿ ਤੁਸੀਂ ਆਪਣੀ ਕੰਟਰੀ 'ਚ ਰੀਲੋਕੇਟ ਕਰ ਸਕਦੇ ਹੋ ਕਿ ਨਹੀਂ ਤੇ ਉਹ ਵੀ ਟੈਕਲ ਜਿਹੜਾ ਉਹ ਕੀਤਾ ਗਿਆ ਹੁਣ ਆਪਾਂ ਇੱਕ ਦੋ ਜਿਹੜੀਆਂ ਸਿਆਸੀ ਜਿਹੜੀਆਂ ਖਬਰਾਂ ਪੋਲਿਟਿਕਲ ਹੋ ਲੰਨੇ ਆ ਜੀ ਜਿਹੜੀ ਲੇਟੈਸਟ ਪੋਲ ਆਈ ਆ ਅੱਜ ਇਹਦੇ ਵਿੱਚ ਇਹ ਦਿਖਾ ਰਹੇ ਨੇ ਕਿ ਨੇਸ਼ਨ ਵਾਈਡ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਇਹਨਾਂ ਦੀ ਜਿਹੜੀ ਇਹ 50% ਦੇ ਨੇ ਤੇ ਜਿਹੜੇ ਟਰੰਪ ਨੇ ਇਹ 46% ਦੇ ਨੇ 4 ਪੁਆਇੰਟ ਦੀ ਕਮਲਾ ਹੈਰਿਸ ਜਿਹੜੇ ਆ ਉਹ ਲੀਡ ਮੇਨਟੇਨ ਕਰ ਰਹੇ ਨੇ ਜੋ ਕਿ ਜਿਹੜੀ ਸ਼ਿਕਾਗੋ ਵਿੱਚ ਲਾਸਟ ਵੀਕ ਕਨਵੈਨਸ਼ਨ ਹੋਈ ਸੀ ਉਤੋਂ ਲਗਾਤਾਰ ਉਹ ਲੀਡ ਜਿਹੜੀ ਹੈ ਉਹ ਬਰਕਰਾਰ ਹੈ ਉਹ ਘਟੀ ਨਹੀਂ ਜਿਹੜੀਆਂ ਬੈਟਲ ਗਰਾਉਂਡ ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈਗੀ ਥੋੜੀ ਥੋੜੀ ਲੀਡ ਆ ਉਹ ਚ ਵਿਸਕਾਨਸਿਨ ਦੇ ਵਿੱਚ ਪੋਲ ਕੈਰੀ ਹੈ 3% ਲੀਡ ਆ ਅ ਪੈਨਸਿਲਵੇਨੀਆ ਦੇ ਵਿੱਚ 2% ਆ ਮਿਸ਼ੀਗਨ ਦੇ ਵਿੱਚ ਵੀ 3% ਆ ਨਵਾਡਾ ਦੇ ਵਿੱਚ ਅੱਧਾ ਜਿਹੜਾ ਪੁਆਇੰਟ ਆ ਤੇ ਇਸ ਤੋਂ ਇਲਾਵਾ ਐਰੀਜ਼ੋਨਾ ਦੇ ਵਿੱਚ ਵੀ 1% ਆ ਤੇ ਨਾਰਥ ਕੈਰੋਲਾਈਨਾ ਦੇ ਵਿੱਚ ਵੀ 1% ਲੀਡ ਆ ਤੇ ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਆ ਕਿਉਂਕਿ ਜਿਹੜਾ ਨਾਰਥ ਕੈਰੋਲਾਈਨਾ ਇਹ ਇਦਾਂ ਦੀ ਸਟੇਟ ਆ ਜਿਹੜੀ ਕਿ ਬਹੁਤ ਦੇਰ ਤੋਂ ਡੈਮੋਕ੍ਰੈਟਿਕ ਪਾਰਟੀ ਨੇ ਨਹੀਂ ਜਿੱਤੀ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਕਿਸੇ ਟਾਈਮ ਜਿੱਤੀ ਸੀ ਲੇਕਿਨ ਹੁਣ ਉਹ ਵੀ ਉਹਦੇ ਵਿੱਚ ਇਹ ਲੀਡ ਮੇਨਟੇਨ ਕਰ ਰਹੀ ਹੈ ਜੇ ਇਹ ਲੀਡ ਇਸੇ ਤਰ੍ਹਾਂ ਹੀ ਮੇਨਟੇਨ ਰਹਿੰਦੀ ਹੈ ਅਗਲਾ ਮਹੀਨਾ ਡੇਢ ਮਹੀਨਾ ਤਾਂ ਪ੍ਰੈਜ਼ੀਡੈਂਟ ਜਿਹੜਾ ਟਰੰਪ ਆ ਇਹਦੇ ਵਾਸਤੇ ਇਲੈਕਸ਼ਨ ਜਿੱਤਣੀ ਔਖੀ ਹੋ ਜਾਏਗੀ ਪਰ ਜੇ ਡੇਢ ਤੋਂ 2 ਮਹੀਨੇ ਪਏ ਆ ਇਹ ਹੁਣ ਟਾਈਮ ਦੱਸੇਗਾ ਇਹ ਕੀ ਹੁੰਦਾ ਬਾਕੀ ਦੋਨੇ ਕੰਪੇਨਾਂ ਦਾ ਜੋਰ ਲੱਗਿਆ ਜਿਹੜਾ ਅਸਲੀ ਹੁਣ ਮੋਮੈਂਟਮ ਕੰਪੇਨ ਦੇ ਫੰਡ ਆ ਉਹ ਲੇਬਰ ਡੇ ਤੋਂ ਬਾਅਦ ਫੜਨਾ ਜਿਹੜਾ ਹੁਣ ਲੇਬਰ ਡੇ ਦੀ ਜਿਹੜੀ ਹੁੰਦੀ ਹੈ ਛੁੱਟੀ ਸੈਪਟੈਂਬਰ ਦੇ ਪਹਿਲੇ ਹਫਤੇ ਇਸ ਤੋਂ ਬਾਅਦ ਜਿਹੜੇ ਹੁਣ 2 ਮਹੀਨੇ ਦਾ ਟਾਈਮ ਤੋ ਘਟ ਰਹਿ ਗਿਆ ਇਹਦੇ ਵਿੱਚ ਫਿਰ ਜਿਹੜੀਆਂ ਹੈਗੀਆਂ ਦੋਨਾਂ ਕੰਪੇਨਾਂ ਨੇ ਪੂਰਾ ਜੋਰ ਲਾਉਣਾ ਤੇ ਉਹਦੇ ਵਿੱਚ ਆਖਰੀ ਦਿਨਾਂ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੋਲ ਹੋਏਗੀ ਉਹ ਪੋਲ ਹੁੰਦੀ ਹੈ ਜਿਹੜੀ ਅਕਤੂਬਰ 15 ਤੋਂ ਬਾਅਦ ਆਉਂਦੀ ਹੈ ਉੱਥੋਂ ਫਿਰ ਪਤਾ ਲੱਗਦਾ ਕਿ ਕਿੱਧਰ ਗੱਲ ਆ ਪਰ ਫੈਸਲਾ ਉਹੀ ਜਿਹੜੀਆਂ ਬੈਂਡਗ੍ਰਾਉਂਡ ਸਟੇਟਾਂ ਉਹਨਾਂ ਨੇ ਕਰਨਾ ਇਹ ਸੀ ਜੀ ਇੰਪੋਰਟੈਂਟ ਖਬਰਾਂ ਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਆ ਜੀ ਸਾਰਿਆਂ ਦਾ ਪਹਿਲਾਂ ਤਾਂ ਲੋਕ ਸਾਡਾ ਧੰਨਵਾਦ ਕਰ ਰਹੇ ਆ ਜੀ ਤੁਹਾਡਾ ਬੜਾ ਧੰਨਵਾਦ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਜਿਹੜੀਆਂ ਇੰਪੋਰਟੈਂਟ ਖਬਰਾਂ ਨੇ ਉਹ ਸੌਖੇ ਤਰੀਕੇ ਨਾਲ ਮੈਂ ਦੱਸਾਂ ਅਗਲਾ ਸਵਾਲ ਇਹ ਹੈਗਾ ਜੀ ਕਿ ਉਹ ਕਹਿ ਰਹੇ ਆ ਕਿ ਤੁਹਾਡੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਬੜੀਆਂ ਇਹਨਾਂ 'ਚ ਜਾਣਕਾਰੀ ਹੁੰਦੀ ਆ ਡੂੰਘੀ ਜਾਣਕਾਰੀ ਹੁੰਦੀ ਆ ਤੇ ਇਹ ਜੀ ਜਾਣਕਾਰੀ ਸਾਨੂੰ ਕਿਤੇ ਹੋਰ ਨਹੀਂ ਮਿਲਦੀ ਅਹ ਦੇਖੋ ਮੇਰੀ ਕੋਸ਼ਿਸ਼ ਹੈ ਹੁੰਦੀ ਆ ਕਿ ਜਿੰਨੀ ਵੀ ਮੈਨੂੰ ਇਹਦੀ ਹੁਣ ਨੌਲੇਜ ਹੈ ਵੈਰੂ ਦੀ ਕਿਰਪਾ ਦੇ ਨਾਲ ਮੈਨੂੰ 25 ਸਾਲ ਤੋਂ ਉੱਪਰ ਅਮਰੀਕਾ ਦੇ ਵਿੱਚ ਐਜ਼ ਅ ਟਰਨੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ ਗਏ ਆ ਤੇ ਅ ਇਸ ਟਾਈਮ ਅਸੀਂ ਤਕਰੀਬਨ 7000 ਦੇ ਲਗਭਗ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਸਾਡੇ ਕੋਲ 18 ਵਕੀਲਾਂ ਦਾ ਸਟਾਫ ਹੈ 60 70 ਪੈਰਾ ਲੀਗਲ ਆ ਸਾਡੇ ਦਫ਼ਤਰ ਕਈ ਸਟੇਟਾਂ ਚ ਹੈ ਸੋ ਉਹ ਜਿਹੜਾ ਐਕਸਪੀਰੀਅੰਸ ਆ ਉਹਦੀ ਕੋਸ਼ਿਸ਼ ਹੁੰਦੀ ਵੀ ਜਿੰਨੀ ਵੀ ਤੁਹਾਡੀ ਤੁਹਾਨੂੰ ਸਹੀ ਜਾਣਕਾਰੀ ਜਿਹੜੀ ਆ ਉਹ ਦੇ ਸਕੀ। ਅਗਲਾ ਸਵਾਲ ਹੈਗਾ ਜੀ ਕਿ ਸਾਨੂੰ ਜਿਹੜੀ F 4 ਕੈਟਾਗਰੀ ਆ ਇਹਦੇ ਬਾਰੇ ਜਾਣਕਾਰੀ ਦਿਓ। ਮੈਂ ਦੇ ਕੇ ਹਟਿਆ ਜੀ ਕਿ ਜਿਹੜੀ F 4 ਕੈਟਾਗਰੀ ਹੈ ਇਹਦੇ ਵਿੱਚ ਜਿਹੜਾ ਅਜੇ ਜ਼ਿਆਦਾ ਮੂਵਮੈਂਟ ਨਹੀਂ ਆ ਤੇ ਜਿਹੜਾ ਹੁਣ ਨਵਾਂ ਵੀਜ਼ਾ ਬੁਲਟਨ ਆਇਆ ਇਹਦੇ ਵਿੱਚ ਵੀ ਅਜੇ 2006 ਹੀ ਚੱਲਦਾ ਤੇ ਸਾਡੀ ਕੋਸ਼ਿਸ਼ ਤਾਂ ਜ਼ਰੂਰ ਹੁੰਦੀ ਆ ਵੀ ਜੇ ਕਿਸੇ ਲੀਡਰ ਨੂੰ ਮੀਡੀਆ ਨੂੰ ਦੱਸਿਆ ਜਾਵੇ ਤੇ ਵੀਜ਼ਾ ਬੁਲਟਨ ਮੈਂ ਹੁਣੇ ਜਿਹੜਾ ਹੈਗਾ ਉਹ ਪੜ੍ਹ ਕੇ ਹਟਿਆ ਇਹ ਇਹਨੂੰ ਹੁਣ ਟਾਈਮ ਲੱਗੂਗਾ ਅਗਲਾ ਸਵਾਲ ਹੈ ਜੀ ਕਿ ਅਸੀਂ F4 ਕੈਟਾਗਰੀ ਦੇ ਵਿੱਚ ਹੀ ਅਪਲਾਈ ਕੀਤਾ ਸੀਗਾ 2008 ਚ ਕਦੋਂ ਵਾਰੀ ਆਊਗਾ ਜੇ 6 ਚੱਲਦਾ ਜੀ ਵਾਰੀ ਹੋ ਸਕਦਾ ਵੀ 2 ਸਾਲ ਲੱਗਣ 3 ਲੱਗਣ ਇਹ ਟਾਈਮ ਲੱਗ ਸਕਦਾ ਅਗਲਾ ਸਵਾਲ ਹੈ ਜੀ ਅਸੀਂ ਗ੍ਰੀਨ ਕਾਰਡ ਹੋਲਡਰ ਤੇ ਅਪਲਾਈ ਕੀਤਾ ਸੀਗਾ ਐਜ਼ ਅ ਗ੍ਰੀਨ ਕਾਰਡ ਹੋਲਡਰ ਆਪਣੇ ਵਾਈਫ ਤੇ ਬੱਚਿਆਂ ਦਾ 2000 21 ਦੇ ਵਿੱਚ ਕਦੋਂ ਵਾਰੀ ਆਏਗੀ ਵੀਜ਼ਾ ਬੁਲਟਨ ਦੇ ਵਿੱਚ ਮੂਵਮੈਂਟ ਹੈਗੀ ਆ ਜੀ ਇਹਦੇ ਵਿੱਚ ਜਿਹੜੇ ਗ੍ਰੀਨ ਕਾਰਡ ਹੋਲਡਰ ਤੇ ਜਿਹੜੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਹਸਬੰਡ ਤੇ ਵਾਈਫ ਤੇ ਜਿਹੜੀ ਹੁਣ ਨਵਾਂ ਵੀਜ਼ਾ ਬੁਲੇਟਨ ਦੇ ਮੁਤਾਬਕ 15 ਨਵੰਬਰ 2021 ਚੱਲ ਰਿਹਾ ਤੁਹਾਡੀ ਵਾਰੀ ਜਲਦੀ ਇਹਦੇ ਚ ਆਉਣੀ ਚਾਹੀਦੀ ਹੈ ਜੇ ਨਹੀਂ ਆਈ ਤਾਂ ਤੁਸੀਂ ਇਹਦੀ ਇਨਕੁਆਰੀ ਜਿਹੜੀ ਉਹ ਕਰ ਸਕਦੇ ਹੋ ਅਗਲਾ ਸਵਾਲ ਹੈ ਜੀ ਕਿ 2009 ਦੇ ਵਿੱਚ F4 ਪਟੀਸ਼ਨ ਕੀਤੀ ਹੈ ਕਿੰਨਾ ਟਾਈਮ ਲੱਗੂਗਾ ਇਹਨੂੰ ਟਾਈਮ ਲੱਗੂਗਾ ਇਹ 6 ਚੱਲਦਾ ਅਜੇ ਤੇ ਕੋਈ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਸਾਲ ਲੱਗਣਗੇ ਅਗਲਾ ਸਵਾਲ ਹੈ ਜੀ ਕਿ ਸਾਡਾ ਵਰਕ ਪਰਮਿਟ ਜਿਹੜਾ ਉਹ ਪਰ ਇਹ ਨਿਊ ਕਰਨ ਲਈ ਪਿਛਲੇ ਮਹੀਨੇ ਅਪਲਾਈ ਕੀਤਾ ਸੀ ਨਹੀਂ ਆਇਆ ਕਿੰਨਾ ਟਾਈਮ ਲੱਗੂਗਾ ਜਿਹੜੀ ਰੀਨੂਵਲ ਆਜਕਲ ਤਾਂ ਫਾਸਟ ਹੁੰਦੀ ਆ ਅੱਗੇ ਤੋਂ ਪ੍ਰੈਜ਼ੀਡੈਂਟ ਟਰੰਪ ਸੀਗਾ ਉਹਨੇ ਸਾਲ-ਸਾਲ ਦਾ ਟਾਈਮ ਕਰਤਾ ਸੀ ਰੀਨੂਵਲ ਦਾ ਪਰ ਹੁਣ ਇਹ 3-4 ਮਹੀਨੇ ਚ ਰੀਨੂ ਹੋ ਜਾਂਦਾ ਕਈਆਂ ਦਾ ਮਹੀਨੇ-ਮਹੀਨੇ ਚ ਵੀ ਹੋ ਜਾਂਦਾ ਪਰ ਇਹ 5 ਸਾਲ ਦਾ ਪਰਮ ਪਰਮਿਟ ਆਉਣਾ ਸੋ ਤੁਹਾਨੂੰ ਵੇਟ ਕਰਨੀ ਪੈਣੀ ਆ ਤੇ ਇਹ ਚ ਹੁਣ 1 ਮਹੀਨੇ ਚ ਵੀ ਆ ਸਕਦਾ 3 ਮਹੀਨੇ ਵੀ ਲੱਗ ਸਕਦੇ ਆ ਅਗਲਾ ਸਵਾਲ ਹੈ ਜੀ ਕਿ I-1 ਜਿਹੜੀ ਪਟੀਸ਼ਨਲ ਗ੍ਰੀਨ ਕਾਰਡ ਤੇ 2022 ਅਗਸਤ ਚ ਅਪਲਾਈ ਕੀਤੀ ਆ ਕਿੰਨਾ ਟਾਈਮ ਲੱਗੂਗਾ ਜੇ ਇੱਕੀ ਚੱਲਦਾ ਹੈ ਜ ਸੋ 2022 ਨੂੰ ਅਜੇ ਸਾਲਡਡ ਸਾਲਵ ਹੋਰ ਲੱਗ ਸਕਦਾ ਅਗਲਾ ਸਵਾਲ ਇਹ ਹੈ ਜੀ ਕਿ 2007 ਦਾ ਸਾਡਾ ਕੇਸ ਹੈ F4 ਕੈਟਾਗਰੀ ਦਾ ਇਹ 6 ਚੱਲਦਾ ਜੀ 7 ਅਜੇ ਪਹੁੰਚੇ ਨਹੀਂ ਤਾਂ ਦੇਖਦੇ ਹਾਂ ਹੁਣ ਕਿੰਨਾ ਟਾਈਮ ਉੱਤੇ ਲੱਗੇਗਾ ਅਗਲਾ ਸਵਾਲ ਇਹ ਹੈ ਜੀ ਕਿ F2B ਬਾਰੇ ਦੱਸੋ ਜਿਹੜੀ F2B ਕੈਟਾਗਰੀ ਹੈ ਬੇਸਿਕਲੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਦੇ 21 ਸਾਲ ਤੋਂ ਉੱਪਰ ਜਿਹੜੇ ਅਨਮੈਰਿਡ ਬੱਚਿਆਂ ਲਈ ਹੈ ਕਿਉਂਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਸਿਰਫ ਅਨਮੈਰਿਡ ਬੱਚੇ ਦਾ ਅਪਲਾਈ ਕਰ ਸਕਦਾ ਜਿਹੜਾ ਸਿਟੀਜ਼ਨ ਆ ਉਹ ਮੈਰਿਡ ਦਾ ਵੀ ਕਰ ਸਕਦਾ ਸੋ ਇਹ ਜੋ ਬੇਸਿਕਲੀ ਜੋ ਚੱਲ ਰਿਹਾ ਜੀ ਉਹ ਚੱਲ ਰਿਹਾ ਜੀ 1 ਮਈ 2016 ਤੇ ਜਿਹੜੇ ਇਹਦੇ ਵਿੱਚ ਪੇਪਰ ਮੰਗੇ ਜਾ ਰਹੇ ਆ ਜੀ ਉਹ ਮੰਗੇ ਜਾ ਰਹੇ ਹੈਗੇ ਆ F2B ਦੇ ਵਿੱਚ 1 ਜਨਵਰੀ 2017 ਦੇ ਸੋ ਕੈਟਾਗਰੀ ਜਿਹੜੀ ਹੈਗੀ ਸਲੋ ਆ ਪਰ ਐਸ ਕੰਪੇਅਰ ਟੂ ਜਿਹੜੀਆਂ ਦੂਜੀਆਂ ਕੈਟਾਗਰੀਆਂ ਨੇ ਖਾਸ ਕਰਕੇ F4 F3 ਉਹਨਾਂ ਨਾਲੋਂ ਥੋੜੀ ਜੀ ਇਹ ਤੇਜ਼ ਅਗਲਾ ਸਵਾਲ ਹੈ ਜੀ ਕਿ 601 ਵੇਵਰ ਟੂ ਇੰਡੀਆ ਨੂੰ ਕਿੰਨਾ ਟਾਈਮ ਲੱਗਦਾ ਅੱਜ ਕੱਲ 2 ਤੋਂ 2.5 ਸਾਲ ਲੱਗ ਰਿਹਾ ਜੀ ਸਲੋ ਆ ਕਾਫੀ ਦੇ ਦੋ ਤੋਂ 2.5 ਸਾਲ ਦੀ ਜਿਹੜੀ ਆ ਉਹਦੇ ਵਿੱਚ ਡਲੇ ਆ। ਅਗਲਾ ਸਵਾਲ ਹੈ ਕਿ ਇਹ ਦੱਸੋ ਕਿ ਆਪੋਰ ਕੇ ਸਾਡਾ 2007 ਚ ਅਪਲਾਈ ਹੋਇਆ ਜੁਲਾਈ ਚ ਕਿੰਨਾ ਟਾਈਮ ਲੱਗੂਗਾ? ਇਹ ਨੂੰ ਅਹੀ 6-8 ਸਾਲ ਲੱਗ ਸਕਦਾ, ਜਿਆਦਾ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦੇ ਆ। ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਜਿਹੜਾ ਜੇ ਟਰੈਵਲ ਕਰਨਾ ਹੋਵੇ ਅਮਰੀਕਾ ਦੇ ਵਿੱਚ ਉਹਦੇ ਵਾਸਤੇ ਕੀ ਕੀ ਚਾਹੀਦਾ? ਵੈਸੇ ਤਾਂ ਅਮਰੀਕਾ ਦੇ ਅੰਦਰ ਤਾਂ ਵੈਲਿਡ ਆਈਡੀ ਹੀ ਚਾਹੀਦੀ ਆ, ਜੇ ਪਾਸਪੋਰਟ ਹੋਵੇ ਜਾਂ ਟਰੈਵਲ ਲਾਇਸੈਂਸ ਹੋਵੇ। ਦੇ ਜੇ ਪਾਸਪੋਰਟ ਆ ਉੱਤੇ ਹੀ ਬੰਦਾ ਡਰਾਈਵਰ ਕਰ ਸਕਦਾ ਡਰਾਈਵਰ ਲਿਸੈਂਸ ਤੇ ਵੀ ਕਰ ਸਕਦਾ ਪਰ ਕਈ ਵਾਰੀ ਜਿਹਨਾਂ ਦੇ ਡਾਟਾ ਨੂੰ ਘਟਾਉਂਦੀਆਂ ਆ ਜਿਹੜੇ 에ਅਰਲਾਈਨ ਵਾਲੇ ਆ ਉਹ ਜਿਹੜੇ ਇਮੀਗ੍ਰੇਸ਼ਨ ਦੇ ਪੇਪਰ ਦੇਖ ਕੇ ਵੀ ਟ੍ਰੈਵਲ ਲਾਓ ਕਰ ਦਿੰਦੇ ਆ ਅਗਲਾ ਸਵਾਲ ਹੈਗਾ ਜੀ ਕਿ ਉਮਰ 21 ਸਾਲ ਤੋਂ ਅੰਦਰ ਅੰਡਰ ਗਾਰਡੀਨਸ਼ਿਪ ਅਪਲਾਈ ਹੋ ਸਕਦੀ ਆ ਗ੍ਰੀਨ ਕਾਰਡ ਨੂੰ ਕਿੰਨਾ ਟਾਈਮ ਲੱਗੂਗਾ ਇਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ ਹੁਣੇ ਡਿਟੇਲ ਚ ਕਿ ਗਾਰਡੀਨਸ਼ਿਪ ਲਈ 21 ਸਾਲ ਤੋਂ ਘੱਟ ਜਿਹਦੀ ਉਮਰ ਆ ਬੱਚੇ ਦੀ ਉਹਦਾ ਅਪਲਾਈ ਹੋ ਸਕਦਾ ਪਰ ਉਹ ਲਈ 6 ਮਹੀਨੇ ਦਾ ਰੈਜ਼ਿਡੈਂਸੀ ਚਾਹੀਦੀ ਆ ਇਹ ਪਹਿਲਾਂ ਲੋਕਲ ਕੋਰਟ ਜਾਂਦਾ ਉਸ ਤੋਂ ਬਾਅਦ ਇਮੀਗ੍ਰੇਸ਼ਨ ਜਾਂਦਾ ਤੇ ਜਿਹੜਾ ਲੋਕਲ ਕੋਰਟ ਦਾ ਪ੍ਰੋਸੀਜਰ ਆ ਉਹ 3-4 ਮਹੀਨੇ ਚ ਜਾਂ 5 ਮਹੀਨੇ ਚ ਹੋ ਜਾਂਦਾ ਲੇਕਿਨ ਜਿਹੜਾ ਇਮੀਗ੍ਰੇਸ਼ਨ ਦੇ ਕੋਲ ਗ੍ਰੀਨ ਕਾਰਡ ਦਾ ਪ੍ਰੋਸੈਸ ਆ ਉਹ ਤਰੀਕਨ 2 ਤੋਂ 3 ਸਾਲ ਲੱਗਦੇ ਆ ਪਹਿਲਾ ਸਟੈਪ ਜਿਹੜਾ 21 ਤੋਂ ਪਹਿਲਾਂ ਹੋਣਾ ਚਾਹੀਦਾ ਗ੍ਰੀਨ ਕਾਰਡ ਮਿਲਣ ਤੱਕ ਜੇ 21 ਤੋਂ ਓਵਰ ਵੀ ਉਮਰ ਹੋ ਜਵੇ ਤਾਂ ਠੀਕ ਆ ਲੇਕਿਨ ਜਿਹੜਾ ਲੋਕਲ ਕੋਰਟ ਤੇ I-360 ਪਟੀਸ਼ਨ ਆ ਇਹ 21 ਤੋਂ ਪਹਿਲਾਂ ਅਪਲਾਈ ਹੋਣੀ ਚਾਹੀਦੀ ਆ ਅਗਲਾ ਸਵਾਲ ਆ ਜੀ ਸਿਟੀਜ਼ਨਸ਼ਿਪ ਦੇ ਕੇਸਾਂ ਬਾਰੇ ਦੱਸੋ ਕਿ ਉਹਦਾ ਕੀ ਅਪਡੇਟ ਆ ਸਿਟੀਜ਼ਨਸ਼ ਸਾਡੇ ਕਾਫੀ ਕੇਸ ਜਿਹੜੇ ਪਾਸ ਹੁੰਦੇ ਨੇ ਜਿਹਦੇ ਕਿ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਐ N648 ਜਿਹੜਾ ਲੈਟਰ ਆ ਡਾਕਟਰ ਦਾ ਉਹ ਲੈ ਕੇ ਅਸੀਂ ਕਰਦੇ ਆ 3-4 ਮਹੀਨੇ ਤਰੀਵਨ ਡੇਟ ਆ ਜਾਂਦੀ ਪਰ ਕਈਆਂ ਦਾ ਬੈਕਗ੍ਰਾਉਂਡ ਚੈੱਕ ਕਲੀਅਰ ਨਹੀਂ ਹੁੰਦਾ ਉਹਨੂੰ ਟਾਈਮ ਵੀ ਲੱਗ ਸਕਦਾ ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਜਿਹੜੇ ਲੀਗਲ ਇਮੀਗ੍ਰੇਸ਼ਨ ਵਾਲਿਆਂ ਨੂੰ ਇੰਨਾ ਟਾਈਮ ਲੱਗ ਰਿਹਾ ਤੇ ਇਹਦਾ ਕੋਈ ਹੱਲ ਹੈ ਇਹਦਾ ਮੈਂ ਹਮੇਸ਼ਾ ਜਿਹੜੇ ਅਮਰੀਕਾ ਦੇ ਲੀਡਰਾਂ ਨਾਲ ਗੱਲ ਕਰਦਾ ਜੀ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਵੱਤੋ ਵੱਤ ਤੁਹਾਡਾ ਹੋ ਸਕੇ ਪਰ ਇਹਦੇ ਵਿੱਚ ਜਿਹੜਾ ਅ ਹੁਣ ਟਾਈਮ ਲੱਗ ਰਿਹਾ ਅਗਲਾ ਸਵਾਲ ਇਹ ਹੈਗਾ ਜੀ ਕਿ ਜਿਹੜੇ ਸੈਲਮ ਦੇ ਕੇਸ ਨੇ ਉਹ ਪਾਸ ਹੁੰਦੇ ਆ ਬਿਲਕੁਲ ਹੁੰਦੇ ਆ ਜੀ ਮੈਂ ਦੱਸ ਕੇ ਹਟਿਆ ਵੀ ਸਾਡੇ ਕੇਸ ਪਾਸ ਹੋਏ ਆ ਸੋ ਸੈਲਮ ਦੇ ਕੇਸ ਜਿਹੜੇ ਆ ਕਾਫੀ ਪਾਸ ਹੁੰਦੇ ਨੇ 10 ਕੇਸ ਆਪਣੇ ਆਫਿਸ ਦੇ ਆ ਪਿਛਲੇ ਹਫਤੇ ਦੇ ਵਿੱਚ ਹੀ ਜਿਹੜੇ ਆ ਉਹ ਪਾਸ ਹੋਏ ਨੇ ਤੇ ਅੱਜ ਦਾ ਆਖਰੀ ਸਵਾਲ ਹੈਗਾ ਜੀ ਫਿਰ ਗਾਰਡੀਅਨਸ਼ਿਪ ਬਾਰੇ ਕਿ ਗਾਰਡੀਅਨਸ਼ਿਪ ਦਾ ਅਪਰੂਵਲ ਰੇਟ ਕੀ ਹੈ ਇਹ ਚ ਕਾਫੀ ਰੇਟ ਆ ਜੀ ਬਾਕੀ 100% ਤਾਂ ਇਮੀਗ੍ਰੇਸ਼ਨ ਦਾ ਹੁੰਦਾ ਨਹੀਂ ਵੀ 80 90% ਕੇਸ ਹੁੰਦੇ ਨੇ ਜੇ ਮੈਂ ਦੱਸ ਕੇ ਪਹਿਲਾਂ ਹਟਾਈ 15 ਕੇਸ ਸਾਡੇ ਗਾਰਡੀਅਨਸ਼ਿਪ ਦੇ ਇਸ ਵੀਕ ਚ ਪਾਸ ਹੋਏ ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੇ ਵੀਕ ਫੇਰ ਮਿਲਾਂਗੇ ਸਸਕਾਰ